ਆਪੀ ਸੱਚੇ ਪਾਤਸ਼ਾਹ ਵਾਹਿਗੁਰੂ ਮਰਵਾਉਂਦਾ, ਬੰਦੇ ਦੇ ਦਮ ਤੇ ਥਾਪੀ ਨਹੀਂ ਵੱਜਦੀ। ਪਹਿਲਾਂ ਨੀ ਕਿਸੇ ਨੇ ਮਾਰੀ, ਅਸੀਂ ਕਿਉਂ ਮਾਰੀ ਹੈ, ਸਾਨੂੰ ਕਹਿ ਕੇ ਤੋਰਿਆ ਬਾਬੇ। ਹਾਂਜੀ ਦੋਸਤੋ, ਸਵਾਗਤ ਹੈ ਤੁਹਾਡਾ ਆਲ ਅਰਾਊਂਡ 855 ਚੈਨਲ ਤੇ। ਆਪਾਂ ਲੈ ਕੇ ਆਏ ਵੀਡੀਓ ਕਬੱਡੀ ਟੂਰਨਾਮੈਂਟ ਫਾਈਨਲ ਰਿਜ਼ਲਟ, ਜੋ ਕਿ 21 ਜਨਵਰੀ ਨੂੰ ਕਰਵਾਏ ਗਏ ਸਨ। ਉਸ ਤੋਂ ਪਹਿਲਾਂ ਜੇ ਤੁਸੀਂ ਇਹ ਚੈਨਲ ਤੇ ਨਵੇਂ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਆਪਾਂ ਹਰ ਰੋਜ਼ ਦੇ ਕਬੱਡੀ ਟੂਰਨਾਮੈਂਟਾਂ ਦੇ ਫਾਈਨਲ ਰਿਜ਼ਲਟ ਦੀ ਵੀਡੀਓ ਆਪਣੇ ਚੈਨਲ ਤੇ ਲੈ ਕੇ ਆਉਂਦੇ ਹਾਂ। ਤੇ ਜੋ ਗੱਲ ਕਰਦੇ ਹਾਂ ਫਾਈਨਲ ਰਿਜ਼ਲਟ ਦੀ, ਆਪਾਂ ਪਹਿਲਾਂ ਗੱਲ ਕਰਾਂਗੇ ਰਾਹੋਂ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ। ਉੱਥੇ ਪਹਿਲਾ ਨਾਮ 41,000 ਤੇ ਦੂਜਾ ਨਾਮ 31,000 ਸੀ। ਵੈਸਟ ਰੇਟਰ ਤੇ ਬੈਠੇ ਜਾਫੀ ਨੂੰ 11,000 ਰੁਪਏ ਦਿੱਤੇ ਗਏ ਸਨ। ਇੱਥੇ ਫਾਈਨਲ ਮੈਚ ਹੋਇਆ ਸੀ ਭਰੋ ਮਿਜਾਰਾ ਤੇ ਚੱਕ ਦੇ ਰਾਜ ਦੀਆਂ ਟੀਮਾਂ ਦੇ ਵਿਚਕਾਰ। ਚੱਕ ਦੇ ਰਾਜ ਦੀ ਟੀਮ ਦੇ ਨੰਬਰ ਰਹੇ 19.5 ਤੇ ਭਰੋ ਮਿਜਾਰਾ ਦੇ ਨੰਬਰ ਰਹੇ 21। ਇਹਦੇ ਵਿੱਚੋਂ ਭਰੋ ਮਿਜਾਰਾ ਫਸਟ ਤੇ ਚੱਕ ਦੇ ਰਾਜ ਦੀ ਟੀਮ ਸੈਕੰਡ। ਇੱਥੋਂ ਬੈਸਟ ਰੇਟਰ ਬਣਿਆ ਦਾਦੂ ਲੁਸਾੜੇ ਵਾਲਾ, 11 ਕਬੱਡੀਆਂ ਪਾ ਕੇ 10 ਨੰਬਰ ਲੈਤੇ। ਇੱਥੋਂ ਬੈਸਟ ਜਾਫੀ ਬਣੇਗਾ ਮਿੱਠੂ, ਚੱਕ ਦੇਸ ਰਾਜ ਵਾਲਾ 8 ਟੱਚ ਲੈ ਕੇ 5 ਜੱਫੇ ਲਾਏ। ਹਾਂਜੀ, ਅੱਗੇ ਗੱਲ ਕਰਦੇ ਹਾਂ ਤੁਹਾਡੇ ਕਟਵਾਲ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ। ਉੱਥੇ ਪਹਿਲਾ ਨਾਮ 41,000 ਤੇ ਦੂਜਾ ਨਾਮ 31,000 ਸੀ। ਬੈਸਟ ਰੇਟਰ ਤੇ ਬੈਠੇ ਜਾਫੀ ਨੂੰ 11,000 ਰੁਪਏ ਦਿੱਤੇ ਗਏ ਸਨ। ਇੱਥੇ ਫਾਈਨਲ ਮੈਚ ਹੋਇਆ ਸੀ ਕਾਲਾ ਬਾਈਆ ਤੇ ਐਡਵੈਂਟਨ ਦੀਆਂ ਟੀਮਾਂ ਦੇ ਵਿਚਕਾਰ। ਇੱਥੇ ਐਡਵੈਂਟਨ ਦੇ ਨੰਬਰ ਰਹੇ 18 ਤੇ ਕਾਲਾ ਬਾਈਆ ਦੇ ਨੰਬਰ ਰਹੇ 24.5। ਇਹਦੇ ਵਿੱਚੋਂ ਕਾਲਾ ਬਾਈਆ ਫਸਟ ਤੇ ਐਡਵੈਂਟਨ ਸੈਕੰਡ। ਇੱਥੋਂ ਬੈਸਟ ਰੇਟਰ ਬਣੇਗਾ ਗੱਗੂ ਕੜਿਆਣਾ, 12 ਕਬੱਡੀਆਂ ਪਾ ਕੇ 11 ਨੰਬਰ ਲਏ ਤੇ ਬੈਠ ਜਾਫੀ ਬਣੇਗਾ ਪੀਤੀ ਕੜਿਆਣਾ। ਹਾਂਜੀ, ਅੱਗੇ ਗੱਲ ਕਰਦੇ ਤਖਾਣ ਵੱਧ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ। ਉੱਥੇ ਪਹਿਲਾ ਨਾਮ 61,000 ਤੇ ਦੂਜਾ ਨਾਮ 41,000 ਸੀ। ਬੈਸਟ ਰੇਡਰ ਤੇ ਬੈਠ ਜਾਫੀ ਨੂੰ ਐਲਈਡੀਆਂ ਦਿੱਤੀਆਂ ਗਈਆਂ ਸਨ। ਇੱਥੇ ਫਾਈਨਲ ਮੈਚ ਹੋਇਆ ਸੀ ਅਕਾਲਸਰ ਮੋਗਾ ਤੇ ਬੁੱਟਰ ਦੀਆਂ ਟੀਮਾਂ ਦੇ ਵਿਚਕਾਰ। ਇੱਥੋਂ ਬੁੱਟਰਾਂ ਦੇ ਨੰਬਰ ਰਹੇ 10.5 ਤੇ ਅਕਾਲਸਰ ਮੋਗਾ ਦੇ ਨੰਬਰ ਰਹੇ 8। ਇਹਦੇ ਵਿੱਚੋਂ ਬੁੱਟਰ ਫਸਟ ਤੇ ਅਕਾਲਸਰ ਮੋਗਾ ਸੈਕੰਡ। ਬੈਸਟ ਰੇਡਰ ਬਣਿਆ ਰੇਸ਼ਮ ਸਲੀਣਾ, 9 ਕਬੱਡੀਆਂ ਪਾ ਕੇ 8 ਨੰਬਰ ਲਏ ਤੇ ਬੈਸਟ ਜਾਫੀ ਬਣਿਆ ਕਿ ਜਾਦੂ ਤੇ ਸੁੱਖਾ ਦੋਨੇ ਜਵਾਇੰਟ ਬੈਸਟ ਜਾਫੀ ਬਣੇ ਨੇ। ਹਾਂਜੀ, ਅੱਗੇ ਗੱਲ ਕਰਦੇ ਹਰਿਆਣਾ ਦੇ ਕਬੱਡੀ ਟੂਰਨਾਮੈਂਟਾਂ ਦੇ ਫਾਈਨਲ ਰਿਜ਼ਲਟ ਦੀ। ਉੱਥੇ ਪਹਿਲਾ ਨਾਮ 1,01,000 ਰੁਪਇਆ ਸੀ ਤੇ ਦੂਜਾ ਨਾਮ 71,000 ਸੀ। ਬੈਸਟ ਰੇਡਰ ਤੇ ਬੈਠ ਜਾਫੀ ਨੂੰ 31,000 ਰੁਪਏ ਦਿੱਤੇ ਗਏ ਸਨ। ਇੱਥੇ ਫਾਈਨਲ ਮੈਚ ਹੋਇਆ ਸੀ ਗੱਦੀ ਖੇੜੀ ਤੇ ਦਿਓਰੇ ਦੀਆਂ ਟੀਮਾਂ ਦੇ ਵਿਚਕਾਰ। ਤੇ ਗੱਦੀ ਖੇੜੀ ਦੇ ਨੰਬਰ ਰਹੇ 17 ਤੇ ਦਿਓਰਾ ਦੇ ਨੰਬਰ ਰਹੇ 21। ਇਹਦੇ ਵਿੱਚੋਂ ਦਿਓਰਾ ਫਸਟ ਤੇ ਗੱਦੀ ਖੇੜੀ ਸੈਕੰਡ। ਇੱਥੋਂ ਵੈਸਟ ਰੇਡਰ ਬਣੇਗਾ ਅੰਕਿਤ ਲਾਠ ਤੇ ਕਪਿਲ ਸਾਤਰ, ਦੋਨੇ ਜਵਾਇੰਟ ਵੈਸਟ ਰੇਡਰ ਬਣੇਗੇ ਤੇ ਬੈਠ ਜਾਫੀ ਬਣੇਗਾ ਛੋਟਾ ਅੰਬਾ। ਹਾਂਜੀ, ਅੱਗੇ ਗੱਲ ਕਰਦੇ ਤਲਣ ਸਾਹਿਬ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ। ਉੱਥੇ ਪਹਿਲਾ ਨਾਮ 1,00,000 ਰੁਪਇਆ ਤੇ ਦੂਜਾ ਨਾਮ 75,000 ਸੀ। ਬੈਸਟ ਰੇਡਰ ਤੇ ਬੈਠ ਜਾਫੀ ਨੂੰ 21,000 ਰੁਪਏ ਦਿੱਤੇ ਗਏ ਸਨ। ਇੱਥੇ ਫਾਈਨਲ ਮੈਚ ਹੋਇਆ ਸੀ ਤਲਵੰਡੀ ਮਾਧੋ ਤੇ ਤਲਣ ਸਾਹਿਬ ਦੀਆਂ ਟੀਮਾਂ ਦੇ ਵਿਚਕਾਰ। ਇੱਥੋਂ ਤਲਣ ਸਾਹਿਬ ਦੇ ਨੰਬਰ ਰਹੇ 21 ਤੇ ਤਲਵੰਡੀ ਮਾਧੋ ਦੇ ਨੰਬਰ ਰਹੇ 3.5। ਇਹਦੇ ਵਿੱਚੋਂ ਤਲਵੰਡੀ ਮਾਧੋ ਸੈਕੰਡ ਤੇ ਤਲਣ ਸਾਹਿਬ ਫਸਟ। ਅੰਮ੍ਰਿਤ ਮਾਧੋਪੁਰ ਤੇ ਘੋੜਾ ਪਰਮਜੀਤਪੁਰੀਆ ਦੋਨਾਂ ਨੇ 3-3 ਕਬੱਡੀਆਂ ਪਾ ਕੇ 3-3 ਨੰਬਰ ਲਏ ਤੇ ਦੋਨੇ ਜਵਾਇੰਟ ਵੈਸਟ ਰੇਡਰ ਬਣੇ। ਬੈਸਟ ਜਾਫੀ ਬਣਿਆ ਸਿਮਾ ਪੱਤਣ, 5 ਟੱਚ ਲੈ ਕੇ 4 ਜਫੇ ਲਾਏ। ਹਾਂਜੀ, ਅੱਗੇ ਗੱਲ ਕਰਦੇ ਭੂਤੀਵਾਲ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ। ਪਹਿਲਾ ਨਾਮ 81,000 ਤੇ ਦੂਜਾ ਨਾਮ 71,000 ਸੀ। ਬੈਸਟ ਰੇਡਰ ਦੇ ਬੈਠ ਜਾਫੀ ਨੂੰ 11,000 ਰੁਪਏ ਦਿੱਤੇ ਗਏ ਸਨ। ਇੱਥੇ ਫਾਈਨਲ ਮੈਚ ਹੋਇਆ ਸੀ ਚੋਲਾ ਸਾਹਿਬ ਤੇ ਫਗਵਾੜਾ ਦੀਆਂ ਟੀਮਾਂ ਦੇ ਵਿਚਕਾਰ। ਇੱਥੋਂ ਫਗਵਾੜਾ ਦੇ ਨੰਬਰ ਰਹੇ 25 ਤੇ ਚੋਲਾ ਸਾਹਿਬ ਦੇ ਨੰਬਰ ਰਹੇ 38। ਇਹਦੇ ਵਿੱਚ ਚੋਲਾ ਸਾਹਿਬ ਫਸਟ ਤੇ ਫਗਵਾੜਾ ਸੈਕੰਡ। ਇੱਥੋਂ ਵੈਸਟ ਜਾਫੀ ਬਣੇਗਾ ਵੀਰਾ ਸਨਿਆਲੀ ਤੇ ਵੈਸਟ ਰੇਡਰ ਬਣੇਗਾ ਗੱਗੂ ਤੁੰਗਵਾਲੀ। ਹਾਂਜੀ, ਅੱਗੇ ਗੱਲ ਕਰਦੇ ਦਸਰਨਾ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ। ਉੱਥੇ ਪਹਿਲਾ ਨਾਮ 1,00,000 ਰੁਪਇਆ ਤੇ ਦੂਜਾ ਨਾਮ 75,000 ਸੀ। ਬੈਸਟ ਰੇਡਰ ਦੇ ਬੈਠ ਜਾਫੀ ਨੂੰ ਨੁਗਰੇ ਵਸੇਰੇ ਦਿੱਤੇ ਗਏ ਸਨ। ਇੱਥੇ ਫਾਈਨਲ ਮੈਚ ਹੋਇਆ ਸੀਗਾ ਬਰਸਾਲਪੁਰ ਤੇ ਧਨੌਰੀ ਦੀਆਂ ਟੀਮਾਂ ਦੇ ਵਿਚਕਾਰ। ਇੱਥੋਂ ਧਨੌਰੀ ਦੇ ਨੰਬਰ ਰਹੇ 19.5 ਤੇ ਬਰਸਾਲਪੁਰ ਦੇ ਨੰਬਰ ਰਹੇ 21। ਇਹਦੇ ਵਿੱਚੋਂ ਬਰਸਾਲਪੁਰ ਫਸਟ ਤੇ ਧਨੌਰੀ ਸੈਕੰਡ।
ਇੱਥੋਂ ਬੈਸਟ ਜਾਫੀ ਬਣਿਆ ਗਿਆ ਜੋਧਾ ਸੁਰਖਪੁਰੋਂ 9 ਟੱਚ ਲੈ ਕੇ 5 ਜੱਫੇ ਲਾਏ ਅਤੇ ਬੈਸਟ ਰੇਡਰ ਬਣਿਆ ਕੀਤੂ ਬੁੱਢਣਪੁਰ ਗਿਆ 11 ਕਬੱਡੀਆਂ ਪਾ ਕੇ 8 ਨੰਬਰ ਲਏ। ਹਾਂਜੀ ਹੁਣ ਗੱਲ ਕਰਦੇ ਮੇਜਰ ਲੀਗ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਜੋ ਲੰਗਿਆ ਨੇ ਕਰਵਾਇਆ ਗਿਆ ਸੀਗਾ। ਉੱਥੇ ਪਹਿਲਾ ਨਾਮ 2.5 ਲੱਖ ਅਤੇ ਦੂਜਾ ਨਾਮ 2 ਲੱਖ ਸੀ। ਬੈਸਟ ਰੇਡਰ ਦੇ ਬੈਠ ਜਾਫੀ ਨੂੰ 51,000 ਰੁਪਏ ਦਿੱਤੇ ਗਏ ਸਨ। ਇੱਥੇ ਫਾਈਨਲ ਮੈਚ ਹੋਇਆ ਸੀਗਾ ਵੇ ਆਫ ਪਲਾਂਟੀ ਨਿਊਜ਼ੀਲੈਂਡ ਅਤੇ ਸਾਹਕੋਟ ਦੀਆਂ ਟੀਮਾਂ ਦੇ ਵਿਚਕਾਰ। ਇੱਥੋਂ ਵੇ ਆਫ ਪਲਾਂਟੀ ਨਿਊਜ਼ੀਲੈਂਡ ਦੇ ਨੰਬਰ ਰਹੇ 34 ਅਤੇ ਸਾਹਕੋਟ ਦੇ ਨੰਬਰ ਰਹੇ 40.5। ਇਹਦੇ ਵਿੱਚੋਂ ਸਾਹਕੋਟ ਫਾਸਟ ਅਤੇ ਵੇ ਆਫ ਪਲਾਂਟੀ ਸੈਕੰਡ। ਇੱਥੋਂ ਬੈਸਟ ਰੇਡਰ ਬਣੇਗਾ ਬੂਰੀ ਅਸੀਸਰ 12 ਕਬੱਡੀਆਂ ਪਾ ਕੇ 11 ਨੰਬਰ ਲਏ ਅਤੇ ਇੱਥੇ ਬੈਠ ਜਾਫੀ ਬਣੇਗਾ ਸੀਲੂ ਹਰਿਆਣੇ ਵਾਲਾ 22 ਟੱਚ ਲੈ ਕੇ 8 ਜੱਫੇ ਲਾਏ। ਅਤੇ ਹਾਂਜੀ ਇਹ ਸੀ ਵੀਡੀਓ 21 ਜਨਵਰੀ ਦੇ ਕਬੱਡੀ ਟੂਰਨਾਮੈਂਟਾਂ ਦੇ ਫਾਈਨਲ ਰਿਜ਼ਲਟ ਦੀ। ਅਤੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਲਾਈਕ ਅਤੇ ਸ਼ੇਅਰ ਕਰਨਾ। ਮਿਲਦੇ ਕਿਸੇ ਹੋਰ ਵੀਡੀਓ ਦੇ ਨਾਲ। ਧੰਨਵਾਦ।